स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड चेत सिंह वाला, ये फरीदकोट जिले का पिंड है, नेड़े दे पिंड सुखन वाला ते मचाकी रह जांदे आ। अज की वीडियो दे विच तुहानू एक इदां दे घर चो वीडियो दिखाउणी है जिथे नीली रावी नसल दे पशु ते बहुते पशु कोई ना कोई मेला जिहड़ा जिते हुए आ। पोजिशन भावें वह चौथी है जां पांचवीं है जां दूजी है जां तीजी है, पर किसी ना किसी पोजिशन ते आए हुए पशु। तो अज की वीडियो दो इन्होंने झोटे विकाऊ किए हैं पशु। दोस्तों इन्होंने घटाने बाई जी होरी दसदे आ सांभण की दिक्कत आ रही है, वो करके एक तो सामने झोटा तुम देख रहे हो जो ये इन्होंने विकाऊ किया, एक इधर छोटी उम्र के झोटा ये भी विकाऊ है, नीली रावी नसल है। तो गां का हजे टाइम पिया दोस्तों वैसे बेचनी ये भी है, एक झोटी अगे ड्राई है ये भी मेरे ख्याल च बटाले दे विचों जित के आई भी है, हुण ड्राई चलती है सियालां दे विच सूणा है, हो सकता अगे जाके इहनू भी इह सेल बाई जी होरी कर देण। सो दोस्तों वीडियो नूं एंड तक देखो, झोटे मेन अज विकाऊ है, इन्हां दे विचों कोई भी तुसीं झोटा खरीदना होवे तां कॉल करोगे, नंबर स्क्रीन ते होगा ते आ के देख के आपदी तसल्ली नाल खरीद सकोगे। आओ बाई नाल गल्लबात करदे हां, इन्हां बारे डिटेल पुछ लईए। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਨਹੀਂ ਰਹਿੰਦਾ, ਜਸਜੀਤ ਸਿੰਘ। ਠੀਕ ਹੈ। ਅੱਛਾ ਮੇਰੇ ਖਿਆਲ 'ਚ ਸ਼ੌਂਕ ਆਪਣੇ ਬਾਈ ਜਿਹੜੇ ਆਰਮੀ ਦੇ ਵਿੱਚ, ਉਹਨਾਂ ਦਾ ਕੀ ਨਾਮ ਹੈ? ਕਸ਼ਮੀਰ ਸਿੰਘ। ਕਸ਼ਮੀਰ ਸਿੰਘ, ਉਹਨਾਂ ਨੂੰ ਵੀ ਕਾਫੀ ਸ਼ੌਂਕ ਹੈ ਹੈ ਨਾ ਪਸ਼ੂਆਂ ਦਾ? ਹਾਂਜੀ ਹਾਂਜੀ। ਅੱਛਾ ਬਾਈ, ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਇਹਦੇ 'ਚ ਆਪਾਂ ਇਹ ਦੋ ਝੋਟੇ ਜਿਹੜੇ ਆ ਵਿਕਾਊ ਕੀਤੇ ਆ, ਇਹਨਾਂ ਦੇ ਵਿੱਚੋਂ ਜਿਹੜਾ ਵੱਡਾ ਝੋਟਾ ਇਹਦਾ ਕੀ ਰਿਕਾਰਡ ਹੈ, ਕਿਹੜੇ ਸਾਹਨ ਦਾ ਬੱਚਾ ਇਹ? ਜੀ ਹਰਦਾਸੇ ਵਾਲੇ ਸਾਹਨ ਦਾ ਬੱਚਾ ਜੀ, ਸ਼ਕਤੀਮਾਨ ਦਾ। ਠੀਕ ਹੈ। ਅੱਛਾ ਇਹ ਆਪਾਂ ਖਰੀਦਿਆ ਜਾਂ ਘਰ ਦੀ ਮਾਜੀ? ਖਰੀਦਿਆ ਸੀ ਉਹਨਾਂ ਤੋਂ ਹੀ, ਖਰੀਦਿਆ ਹੈ ਉਹਨਾਂ ਤੋਂ ਹੀ, ਘਰੋਂ ਹੀ ਖਰੀਦਿਆ ਸੀ। ਠੀਕ ਹੈ। ਕੀ ਦੁੱਧ ਦਾ ਰਿਕਾਰਡ ਦੱਸਦੇ ਸੀ? 17-18 ਲੀਟਰ ਦਾ ਮਾਂ ਦਾ ਦੁੱਧ ਹੈਗਾ। ਠੀਕ ਹੈ। ਤਕਰੀਬ ਕਰਦੇ ਸਾਡੇ ਕੋਲ। ਠੀਕ ਹੈ। ਕੋਈ ਸਰਟੀਫਿਕੇਟ ਵਗੈਰਾ ਤਾਂ ਨਹੀਂ ਸੀ ਉਹਦੀ ਚਵਾਈ ਦਾ ਜਾਂ ਕੋਈ? ਉਹਦੀ ਚਵਾਈ ਦਾ ਸਰਟੀਫਿਕੇਟ ਸਾਡੇ ਕੋਲ ਹੈਗਾ, ਮੇਲੇ ਤੇ ਅਸੀਂ ਲਗਾਏ ਸੀ ਝੋਟਾ ਜਦੋਂ। ਠੀਕ ਹੈ। ਉਹ ਨਾਲ ਲਾਇਆ ਸੀ ਉਦੋਂ ਨਾਲ ਲਾਇਆ ਸੀ। ਠੀਕ ਹੈ। ਅੱਛਾ ਕਿਹੜੇ ਮੇਲੇ 'ਚ ਪਾਇਆ ਸੀ? ਇਹ ਬਟਾਲੇ ਜੀ। ਹਾਂ, ਜਿਹੜਾ ਹੁਣ 2020 ਦੇ ਵਿੱਚ ਹੋਇਆ। ਹਾਂਜੀ ਹਾਂਜੀ। ਠੀਕ ਹੈ। ਅੱਛਾ ਕਿੰਨਵਾਂ ਨੰਬਰ? ਪੰਜਵਾਂ ਨੰਬਰ। ਦੋਂਦੇ ਕੱਟਿਆਂ ਜੀ, ਦੋ ਦੰਦ ਕੱਟਿਆਂ ਦੇ ਵਿੱਚੋਂ ਪੰਜਵਾਂ ਨੰਬਰ ਸੀਗਾ ਇਹਦਾ। ਹਾਂਜੀ। ਠੀਕ ਹੈ। ਅੱਛਾ ਹੁਣ ਕਿੰਨੇ ਦੰਦ ਹੋ ਗਿਆ ਇਹ? ਹੁਣ 4 ਦੇ ਕਰੀਬ ਉਹ ਪੂਰੇ ਕਰ ਗਿਆ। ਠੀਕ ਹੈ। 4 ਦੇ 4 ਸਾਲ ਦੇ, ਪੌਣੇ 4 ਸਾਲ ਦੇ ਕਰੀਬ ਹੈ। ਠੀਕ ਹੈ। ਅੱਛਾ ਵਿਕਾਊ ਕਰਤਾ ਤੇ ਰੇਟ ਫਿਰ ਕੀ ਸੋਚਿਆ? ਰੇਟ ਤਾਂ ਫਿਰ ਫੋਨ ਤੇ ਗੱਲਬਾਤ ਕਰਾਂਗੇ। ਫੋਨ ਤੇ ਕਰਾਂਗੇ। ਹਾਂਜੀ। ਇਹ ਦੋਨੇ ਮੇਲਾ ਦਾ ਆਪਸ ਵਿੱਚ ਘੂਰਦੇ ਇੱਕ ਦੂਜੇ ਨੂੰ? ਹਾਂ ਜੀ, ਕਰਦੇ ਰਹਿੰਦੇ ਜੀ, ਤਾਂ ਤਾਂ ਸਾਨੂੰ ਔਖਾ ਹੋ ਗਿਆ। ਠੀਕ ਹੈ। ਅੱਛਾ ਖੋਲੀ ਵੀਰ ਇਹਨੂੰ ਦੋਸਤੋ, ਪੌਣੇ 4 ਸਾਲ ਦੇ ਆਸ-ਪਾਸ, 4 ਸਾਲ ਦੇ ਆਸ-ਪਾਸ ਉਮਰ ਮੰਨ ਲਓ, ਦੋ ਦੰਦ ਸੀਗਾ ਜਦੋਂ ਬਟਾਲੇ ਲਿਆ ਵੀਰੇ। ਸੋ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਹਾਂ, ਸ਼ਕਤੀਮਾਨ ਹਰਦਾਸੇ ਪਿੰਡ ਦੇ ਵਿੱਚ ਨੀਲੀ ਰਾਵੀ ਨਸਲ ਦਾ ਝੋਟਾ, ਉਹਦਾ ਇਹ ਬੱਚਾ ਜਿਹੜਾ ਹੈਗਾ ਕਿਉਂ ਵਾਲੇ ਪੱਖ ਤੋਂ, ਅਤੇ ਮਾਂ ਵੀ ਇਹਦੀ ਬਾਈ ਦੱਸਦਾ ਵੀ ਉਹਨਾਂ ਦੇ ਕੋਲ ਹੀ ਸੀ, ਸਰਟੀਫਿਕੇਟ ਉਹਦੀ ਚਵਾਈ ਦਾ ਹੈਗਾ, ਕਿਉਂਕਿ ਜਦੋਂ ਇਹ ਰਿੰਗ ਦੇ ਵਿੱਚ ਐਰਕੀ ਪਾਇਆ ਝੋਟਿਆਂ ਵਾਸਤੇ, ਐਰਕੀ ਲਾਜ਼ਮੀ ਕਰਤਾ ਸੀ ਵੀ ਮਾਂ ਦਾ ਜਿਹੜਾ ਉਹ ਦੁੱਧ ਚਵਾਈ ਦਾ ਸਰਟੀਫਿਕੇਟ ਹੋਣਾ ਚਾਹੀਦਾ। ਸੋ ਉਹਦੇ ਵਿੱਚ ਸਰਟੀਫਿਕੇਟ ਦਿਖਾਇਆ ਗਿਆ ਸੀ, ਜਿਹੜਾ ਵੀਰ ਖਰੀਦਣਾ ਚਾਹੇ ਉਹਨੂੰ ਵੀ ਸਰਟੀਫਿਕੇਟ ਉਹ ਮਿਲ ਜੂਗਾ, ਤੁਸੀਂ ਦੇਖ ਸਕੋਗੇ ਉਸ ਨੂੰ, ਕੱਦ ਕਾਠ ਦੇਖ ਸਕਦੇ ਹਾਂ ਦੋਸਤੋ, ਕਰੈਕਟਰ ਜਿਹੜੇ ਆ ਸਾਰੇ ਪ੍ਰੋਪਰ, ਕਿਉਂਕਿ ਪੰਜਵਾਂ ਨੰਬਰ ਇਹਨੇ ਜਿਹੜਾ ਬਟਾਲੇ ਜਜਿੰਗ ਦੇ ਵਿੱਚ ਲਿਆ ਵਿਆ, ਤਾਂ ਬਰੀਡ ਕਰੈਕਟਰ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ, ਕੋਈ ਡਾਊਟ ਨਹੀਂ ਹੈਗਾ, ਕਿਉਂਕਿ ਜਦੋਂ ਝੋਟਾ ਕੋਈ ਮੇਲੇ ਦੇ ਵਿੱਚੋਂ ਪੁਜੀਸ਼ਨ ਲੈਂਦਾ ਤਾਂ ਉਹਦੇ 'ਚ ਕੋਈ ਸ਼ੱਕ ਨਹੀਂ ਰਹਿ ਜਾਂਦਾ। ਕਾਰਨ ਇਹ ਹੈ ਵੀ ਜਿਹੜਾ ਕੰਪੀਟੀਸ਼ਨ ਹੁੰਦਾ ਉਹਦੇ 'ਚ ਹੋਰ ਵੀਰ ਵੀ ਜਿਹੜੇ ਆਪਦੇ ਪਸ਼ੂ ਤਿਆਰ ਕਰਕੇ ਲਿਜਾਂਦੇ ਆ, ਸੋ ਕੋਈ ਕਮੀ ਹੋਵੇ ਤਾਂ ਉੱਥੇ ਐਲੀਗੇਸ਼ਨ ਜਿਹੜੇ ਉਹ ਲੱਗ ਜਾਂਦੇ ਹੁੰਦੇ ਆ, ਕੋਈ ਆਰੋਪ ਜਿਹੜੇ ਲੱਗ ਜਾਂਦੇ ਆ ਜੇ ਕੋਈ ਕਮੀ ਦਿਸੇ। ਪਰ ਇਹ ਝੋਟਾ 5ਵੇਂ ਨੰਬਰ 'ਤੇ ਉੱਥੋਂ ਇਹਨੇ ਪੁਜੀਸ਼ਨ ਹਾਸਲ ਕਰ ਲਈ ਸੀਗੀ ਬਟਾਲੇ ਮੇਲੇ ਦੇ ਵਿੱਚ, ਇਸ ਵਾਰ ਜਦੋਂ ਮੇਲਾ ਹੋਇਆ ਉਹਦੇ ਵਿੱਚ। ਸੋ ਵਿਕਾਊ ਆ ਦੋਸਤੋ, ਜਿਹੜਾ ਵੀਰ ਪਸੰਦ ਕਰੇ ਕਾਲ ਕਰ ਸਕਦੇ ਹੋ, ਨੰਬਰ ਇਹਨਾਂ ਦਾ ਸਕਰੀਨ 'ਤੇ ਚੱਲ ਰਿਹਾ, ਆ ਕੇ ਦੇਖ ਲਓ ਆਪਦੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ। ਸਿੰਘ ਦੋਸਤੋ ਦੇਖ ਸਕਦੇ ਹੋ ਹਜੇ ਥੋੜ੍ਹੇ ਜਿਹੇ ਖੁੱਲ੍ਹੇ ਆ, ਪਰ ਹਜੇ ਉਮਰ ਵੀ ਜਿਹੜੀ ਹੈਗੀ ਉਹ ਹਜੇ ਜਵਾਨ ਨਹੀਂ ਹੋਇਆ, ਇੱਧਰਲਾ ਸਿੰਘ ਲਗਭਗ ਕੰਪਲੀਟ ਕਰ ਚੱਲਿਆ ਬੰਨਦੇ ਵੀਰੇ। ਸੋ ਇਹ ਝੋਟਾ ਦੋਸਤੋ ਜੇ ਕੋਈ ਵੀਰ ਖਰੀਦਣਾ ਚਾਹੇ ਕਾਲ ਕਰਿਓ। ਅੱਗੇ ਇੱਕ ਛੋਟੀ ਉਮਰ ਦੇ ਵਿੱਚ ਝੋਟਾ ਹੋਰ ਹੈਗਾ ਵੀਰ ਕੋਲ, ਉਹ ਵੀ ਇਹਨਾਂ ਨੇ ਵਿਕਾਊ ਕੀਤਾ ਵਿਆ, ਉਹਦੇ ਬਾਰੇ ਵੀ ਆਪਾਂ ਡਿਟੇਲ ਪੁੱਛਦੇ ਹਾਂ। ਝੋਟਾ ਦੋਸਤੋ ਇਹ ਜਿਹੜਾ ਬਾਈ ਜੀ ਹੋਰਾਂ ਨੇ ਵਿਕਾਊ ਕੀਤਾ ਇਹਦੀ ਵੀ ਇਨਫੋਰਮੇਸ਼ਨ ਲੈਂਦੇ ਹਾਂ। ਅੱਛਾ ਬਾਈ, ਇਹਦੀ ਉਮਰ ਕਿੰਨੀ ਕੁ ਝੋਟੇ ਦੀ? ਇਹਦੀ ਉਮਰ ਜੀ 2.5 ਸਾਲ ਦੇ ਕਰੀਬ ਆ। 2.5 ਸਾਲ ਦੇ? ਦੰਦੋ ਕਿਵੇਂ ਹੋ ਗਿਆ? ਦੰਦੋ ਦੁੰਦਾ ਮੇਰੇ ਸਾਨੂੰ ਹੋ ਗਿਆ। ਦੋ ਦੰਦ ਹੋ ਗਿਆ। ਠੀਕ ਹੈ। ਇਹ ਕੀ ਰਿਕਾਰਡ ਹੈ ਵੀਰੇ ਇਹਦੀ ਮਾਂ ਦਾ? ਕੀ ਮਾਂ ਦਾ 16-17 ਦੇ ਕਰੀਬ ਆਪਣੇ ਕੋਲ? ਘਰ ਦੀ। ਠੀਕ ਹੈ। ਉਹ ਕਿਸੇ ਮੇਲੇ 'ਚ ਪਾਈ? ਮੇਲੇ ਦੀ 6-7-8 ਮੇਲੇ ਉਹਦੇ ਸਰਟੀਫਿਕੇਟ ਸਾਡੇ ਕੋਲ। 7-8 ਸਰਟੀਫਿਕੇਟ ਆਪਣੇ ਕੋਲ ਹੈਗੇ।
ਕਿਹੜੇ ਸਾਨ ਦਾ ਬੱਚਾ ਹੈ? ਇਹ ਚੂੜ ਚੱਕਲੇ ਸਾਨ ਦਾ, ਕੋਹਿਨੂਰ ਦਾ? ਕੋਹਿਨੂਰ, ਠੀਕ ਹੈ। ਰੇਟ ਇਹਦਾ ਫੋਨ ਤੇ ਹੋਊਗਾ? ਹਾਂ ਫੋਨ ਤੇ। ਖੋਲੀ ਵੀਰੇ ਨੂੰ ਦੋਸਤੋ, ਰੇਟ ਇਹਦਾ ਵੀ ਫੋਨ ਤੇ ਬਾਈ ਨੇ ਦੱਸਣਾ। ਦੋ ਦੰਦ ਹੋ ਗਿਆ ਦੋਸਤੋ, ਇਹ ਇਸ ਟਾਈਮ 2.5 ਸਾਲ ਉਮਰ ਹੈ ਤੇ ਮਾਂ ਇਹਦੀ ਜਿਹੜੀ 16-17 ਕਿਲੋ ਦੁੱਧ ਦਿੰਦੀ ਸੀ। ਸੋ ਦੋਸਤੋ 6-7 ਸਰਟੀਫਿਕੇਟ, 7-8 ਬਾਈ ਦੱਸਦਾ ਮੇਲਿਆਂ ਦੇ, ਇਹਦੀ ਮਾਂ ਦੇ ਜਿਹੜੇ ਸਰਟੀਫਿਕੇਟ ਉਹ ਹੈਗੇ ਆ ਬਾਈ ਕੋਲ। ਤੇ ਕੋਹਿਨੂਰ ਨੂੰ ਤੁਸੀਂ ਜਾਣਦੇ ਆ ਦੋਸਤੋ, 2017 ਦੇ ਵਿੱਚ ਨੀਲੀ ਰਾਵੀ ਚੋਂ ਫਸਟ ਆਇਆ ਸੀਗਾ, ਜਿਹੜਾ ਇਹਦਾ ਪਿਓ ਆ। ਸੋ ਦੋ ਦੰਦ ਝੋਟਾ ਇਹ ਵੀ ਬਾਈ ਨੇ ਵਿਕਾਊ ਕਰਤਾ। ਜਿਹੜਾ ਵੀਰ ਖਰੀਦਣਾ ਚਾਹਵੇ ਆ ਕੇ ਦੇਖ ਲਓ, ਆਪਦੀ ਤਸੱਲੀ ਕਰ ਲਓ ਜੇ। ਰੇਟ ਇਹਦਾ ਵੀ ਬਾਈ ਜੀ ਉਹਰੀ ਫੋਨ 'ਤੇ ਹੀ ਦੱਸਣਗੇ। ਸੋ ਪਸੰਦ ਜਿਹਨੂੰ ਹੋਊਗਾ ਉਹ ਵੀਰ ਕਾਲ ਕਰ ਸਕਦਾ। ਹਰੇਕ ਪੱਖ ਤੋਂ ਸਾਫ਼ ਸੁਥਰਾ ਝੋਟਾ ਦੋਸਤੋ, ਕਿਤੋਂ ਕੋਈ ਕਮੀ ਨਹੀਂ ਦਿਸਦੀ। ਆਉਣ ਵਾਲੇ ਟਾਈਮ 'ਚ ਹੋ ਸਕਦਾ ਇਹ ਵੀ ਮੇਲਿਆਂ ਦੇ ਵਿੱਚ ਜਾਊ, ਕਿਉਂਕਿ ਚਵਾਈ ਦਾ ਰਿਕਾਰਡ ਮਾਂ ਦਾ ਜਿਹੜਾ ਉਹ ਸਰਟੀਫਿਕੇਟਾਂ ਦੇ ਰੂਪ 'ਚ ਹੈਗਾ ਬਾਈ ਕੋਲ, ਅਤੇ ਪਿਓ ਵੀ ਇਹਦਾ ਚੈਂਪੀਅਨ ਆ। ਸੋ ਇਹ ਵੀ ਝੋਟਾ ਫੋਰ ਸੇਲ ਆ। ਸਿੰਘ ਦੋਸਤੋ ਦੇਖ ਲਓ, ਇਹਦੇ ਅੱਖਾਂ ਬਹੁਤ ਸੋਹਣੀਆਂ, ਮੂੰਹ ਜਿਹੜਾ ਉਹ ਲਗਭਗ ਸਾਰਾ ਵਾਈਟ ਇਹਦਾ ਆਪਾਂ ਮੰਨਾਂਗੇ, ਬਾਕੀ ਕਰੈਕਟਰ ਜਿਹੜੇ ਉਹ ਤੁਹਾਡੇ ਸਾਹਮਣੇ ਆ। ਲੈ ਚੱਲ ਵੀਰੇ ਇਹਨੂੰ ਬੰਨਦੇ। ਸੋ ਇਹ ਦੋ ਦੋਸਤੋ ਝੋਟੇ ਬਾਈ ਨੇ ਜਿਹੜੇ ਉਹ ਵਿਕਾਊ ਕਰਤੇ, ਦੋ ਘਰੇ ਝੋਟੇ ਸੀਗੇ। ਦਿੱਕਤ ਇਹ ਵੀ ਆਉਂਦੀ ਹੈ ਵੀ ਦੋਨੇ ਆਪਸ ਵਿੱਚ ਵੀ ਭਿੜਨ ਦੀ ਕੋਸ਼ਿਸ਼ ਵੀ ਕਰਦੇ ਆ, ਕਿਉਂਕਿ ਇਹ ਵੀ ਹੁਣ ਝੋਟਾ ਜਿਹੜਾ ਜਵਾਨੀ 'ਚ ਆ ਰਿਹਾ ਅਤੇ ਦੂਜਾ ਝੋਟਾ ਵੀ ਜਵਾਨ ਆ ਪੂਰਾ। ਸੋ ਉਹਦੇ ਕਰਕੇ ਇਹ ਦੋਨੇ ਝੋਟੇ ਵਿਕਾਊ ਆ। ਜੇ ਕੋਈ ਵੀਰ ਨੀਲੀ ਰਾਵੀ ਨਸਲ ਦਾ ਝੋਟਾ ਖਰੀਦਣਾ ਚਾਹੂਗਾ ਤਾਂ ਕਾਲ ਕਰ ਸਕਦੇ ਹੋ, ਨੰਬਰ ਇਹਨਾਂ ਦਾ ਸਕਰੀਨ 'ਤੇ ਆ। ਸਾਫ਼ ਸੁਥਰੇ ਝੋਟੇ ਆ ਦੋਸਤੋ ਹਰੇਕ ਪੱਖ ਤੋਂ। ਸੋ ਇਹ ਦੋ ਝੋਟੇ ਵਿਕਾਊਗਾ ਅਤੇ ਇਹਨਾਂ ਤੋਂ ਬਿਨਾਂ ਇੱਕ ਗਾਂ ਵੀ ਬਾਈ ਦੱਸਦਾ ਵੀ ਵੇਚਾਂਗੇ ਜ਼ਰੂਰ, ਪਰ ਹਜੇ ਕੱਚੀ ਹੈ, ਡਿਟੇਲ ਜ਼ਰੂਰ ਪੁੱਛ ਲੈਂਦੇ ਹਾਂ। ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਜਦੋਂ ਤਿਆਰ ਹੋਊਗੀ ਬੇਸ਼ੱਕ ਉਦੋਂ ਖਰੀਦ ਲਿਓ। ਇੱਕ ਝੋਟੀ ਸਾਹਮਣੇ ਜਿਹੜੀ ਉਹ ਡਰਾਈ ਹੈ, ਪਰ ਮੇਲਾ ਉਹ ਵੀ ਬਟਾਲੇ ਵਾਲੇ ਦੇ ਵਿੱਚ 5ਵੇਂ ਨੰਬਰ 'ਤੇ ਆ ਗਈ ਸੀ। ਇਹਦੇ ਬਾਰੇ ਬਾਈ ਤੋਂ ਪੁੱਛਦੇ ਬਾਈ, ਇਹ ਗਾਂ ਕਹਿੰਦਾ ਸੂਆ ਸੁਣਾ ਕੇ? ਇਹ ਗਾਂ ਜੀ ਤੀਜਾ ਸੂਆ। ਕਿੰਨਾ ਚਿਰ ਰਹਿੰਦਾ ਇਹਦਾ? ਇਹਦਾ 25 ਦਿਨ ਲੱਭ 25 ਕੁ ਦਿਨ ਲੈ ਜੂਗੀ। ਠੀਕ ਹੈ, ਇਹਦਾ ਕੀ ਰਿਕਾਰਡ ਰਿਹਾ ਦੁੱਧ ਦਾ? ਰਿਕਾਰਡ ਇਹਦਾ 30 ਤੋਂ ਉੱਪਰ ਹੈ, 30+। 30+ ਦੁੱਧ ਦਿੰਦੀ ਰਹੀ? ਹਾਂਜੀ। ਛੇ ਤਾਂ ਫਿਰ ਉਦੋਂ ਹੀ ਰੇਟ ਵਗੈਰਾ ਤਿਆਰ ਹੋ ਜੂਗੀ ਥੱਲੇ ਫੇਰ। ਠੀਕ ਹੈ। ਸੋ ਦੋਸਤੋ ਇਹ ਵੈਡ ਵੀ ਬਾਈ ਨੇ ਵੇਚਣੀ ਹੈ। ਅਤੇ ਜਿਹੜੀ ਝੋਟੀ ਆ ਸਾਹਮਣੇ ਬਾਈ, ਉਹਦਾ ਕੀ ਰਿਕਾਰਡ ਹੈ? ਹਾਂ, ਹੁਣ ਕਿੰਨਾ ਚਿਰ ਦੀ ਗੱਭਣ ਹੈ? 4 ਮਹੀਨੇ ਠੀਕ ਹੈ। ਹੁਣ ਕਿਹੜੇ ਸਥਾਨ ਤੋਂ ਗੱਬਣ ਹੈ? ਇਹ ਜੀ ਆਪਣੇ ਘਮਿਆਰੇ ਵਾਲਾ ਸਥਾਨ ਜਿਹੜਾ ਜੀ ਬਿੱਲੇ ਤੋਂ। ਹਾਂਜੀ, ਡਾਇਰੈਕਟ ਕ੍ਰੋਸ ਹੈ? ਡਾਇਰੈਕਟ ਨਹੀਂ, PAI ਕੀਤੀ। PAI ਕੀਤੀ ਹੈ ਬਿੱਲੇ ਦੀ? ਠੀਕ ਹੈ ਦੋਸਤੋ, ਬਿੱਲੇ ਤੋਂ ਗੱਬਣ ਹੈ ਇਹ। ਅਤੇ ਇਹ ਸੇਲ ਕਰਨ ਦਾ ਇਰਾਦਾ ਹੈਗਾ ਕਿ ਹਜੇ ਜਦੋਂ ਤਿਆਰ ਹੋਈ ਜੀ ਉਦੋਂ ਦੇਖਾਂਗੇ? ਠੀਕ ਹੈ ਦੋਸਤੋ, ਚੰਗੀ ਰੁੱਤ 'ਚ ਸੋਣਾ ਹੈ, 6 ਕੁ ਮਹੀਨੇ ਰਹਿ ਗਏ ਸੋਣ 'ਚ, ਉਦੋਂ ਫਿਰ ਜਦੋਂ ਤਿਆਰ ਹੋਈ ਉਦੋਂ ਬਾਈ ਜੀ। ਠੀਕ ਹੈ, ਜਿਹੜਾ ਸੁਖਮਨ ਸਿੰਘ ਕੋਲ ਬਾਹੂਬਲੀ ਉਹਦੀ ਧੀ। ਠੀਕ ਹੈ, ਬਾਹੂਬਲੀ ਦੀ ਧੀ ਹੈ ਦੋਸਤੋ। ਅਤੇ ਦੂਜਾ ਸੂਆ ਸੂਗੀ ਅਤੇ ਇਹ ਵੀ ਗਾਂ ਸੇਲ ਕਰਨਗੇ, ਪਰ ਹਜੇ ਜਦੋਂ ਤਿਆਰੀ 'ਚ ਆ ਗਈ, ਕਿਉਂਕਿ ਮਾਰਚ ਮਹੀਨੇ ਦੇ ਵਿੱਚ ਲਗਭਗ ਇਹਨੇ ਸੂਣਾ ਅਤੇ ਉਦੋਂ ਰੁੱਤ ਫੁੱਲ ਤੇਜ਼ ਹੁੰਦੀ ਹੈ। ਇਸ ਟਾਈਮ ਜਿਹੜੇ ਵਿਕਾਊ ਨਾਗ ਉਹਨਾਂ ਦੇ ਵਿੱਚ ਇਹ ਦੋ ਝੋਟੇ ਆ। ਜਿਹੜਾ ਵੀਰ ਖਰੀਦਣਾ ਚਾਹਵੇ ਕਾਲ ਕਰਿਓ, ਨੰਬਰ ਸਕਰੀਨ 'ਤੇ ਹੈ, ਆ ਕੇ ਆਪਦੀ ਤਸੱਲੀ ਕਰ ਲਓ ਜੇ ਤਸੱਲੀ ਕਰਕੇ ਖਰੀਦ ਸਕਦੇ ਹੋ। ਧੰਨਵਾਦ ਦੋਸਤੋ, ਵੀਡੀਓ ਦੇਖਣ ਲਈ।